नमस्कार मैं सूरज कुमार और आप देख रहे हैं पल पल दोस्तों हमारे यूट्यूब चैनल को सब्सक्राइब जरूर कीजिए और बेल आइकन को जरूर दबाएं ताकि हर अपडेट आप तक पहुंचती रहे आज हम आपको दिखाने जा रहे हैं एक ऐसी ऐतिहासिक धरोहर जिसे आज विश्व रिकॉर्ड के अंदर दर्ज कर लिया गया है वाहगुरु जी का खालसा वाहगुरु जी की फतेह बड़ी अज सारे वास्ते खुशी दान दल है दुनिया की एक बहुत वीडी संस्था वर्ल्ड बुक ऑफ रिकॉर्ड्स ਜਿਸਨੇ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਨੂੰ ਦੁਨੀਆ 'ਚ ਇੱਕ ਸਾਲ 'ਚ ਸਭ ਤੋਂ ਜਿਆਦਾ ਸ਼ਰਧਾਲੂ ਜਿੱਥੇ ਵਿਜ਼ਿਟ ਕੀਤੇ ਹੋਣ ਦੀ ਮੋਸਟ ਵਿਜ਼ਿਟਿਡ ਪਲੇਸ ਔਨ ਅਰਥ ਦੁਨੀਆ 'ਚ ਸਭ ਤੋਂ ਜਿਆਦਾ ਜਿੱਥੇ ਕੋ ਵਿਜ਼ਿਟ ਕਰ ਰਿਹਾ ਹੋਵੇ ਉਸ ਦਾ ਖਿਤਾਬ ਦਿੱਤਾ। ਇਹੀ ਨਹੀਂ ਇਸ ਤੋਂ ਪਹਿਲਾਂ ਦੇਸ਼ ਦਾ ਸਭ ਤੋਂ ਸਵੱਛ ਸਵੱਛਤਾ ਅਭਿਆਨ ਦੇ ਤਹਿਤ ਦੇਸ਼ ਦਾ ਸਭ ਤੋਂ ਸਵੱਛ ਸਥਾਨ ਦਾ ਖਿਤਾਬ ਵੀ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਨੂੰ ਮਿਲਿਆ। ਯੋਗ ਗੁਰੂ ਸਾਹਿਬ ਨੇ ਕਿਹਾ ਸੀ ਦਿੱਥੇ ਸਬੇ ਥਾਵ ਨਹੀਂ ਤੁਦ ਜਿਹਿਆ ਅੱਜ ਦੁਨੀਆ ਨੂੰ ਇਹ ਪਤਾ ਲੱਗਾ ਕਿ ਇਹੋ ਜਾਂ ਹੋਰ ਕੋਈ ਸਥਾਨ ਨਹੀਂ ਜਿੱਥੇ ਦੁਨੀਆ ਦੇ ਸਭ ਧਰਮਾਂ ਦਾ ਅਕੀਦਾ ਤੇ ਵਿਸ਼ਵਾਸ ਹੋਵੇ ਜਿੱਥੇ ਹਰ ਇਨਸਾਨ ਜੋ ਉਮੀਦ ਲੈ ਕੇ ਜੋ ਖੁਆਇਸ਼ ਲੈ ਕੇ ਜਾਂਦਾ ਹੋਵੇ ਜੋ ਮੰਨਤ ਲੈ ਕੇ ਜਾਂਦਾ ਹੋਵੇ ਗੁਰੂ ਸਾਹਿਬ ਉਹਦੀ ਝੋਲੀ ਭਰਦੇ ਹੋਣ ਇਹ ਦੁਨੀਆ ਚ ਇੱਕ ਵਾਹਦ ਸਥਾਨ ਆ ਸ੍ਰੀ ਹਰਮੰਦਰ ਸਾਹਿਬ ਸੋ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਕਰੋੜ ਕਰੋੜ ਵਧਾਈ ਹੋਵੇ ਇਸੇ ਤਰ੍ਹਾਂ ਆਪਾਂ ਮਿਲ ਕੇ ਦੇਸ਼ ਔਰ ਦੁਨੀਆ ਦੇ ਅੰਦਰ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਸਕੀਏ ਇਹਦੇ ਵਾਸਤੇ ਵੀ ਗੁਰੂ ਸਾਹਿਬ ਸਾਡੇ ਅੰਗ ਸੰਗ ਸਾਈ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ